ਸਮੂਹ ਜਲੰਧਰ ਨਿਵਾਸੀਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਆਪਾਂ ਹੁਣ ਦੇਖ ਰਹੇ ਹਾਂ ਕਿ ਦੇਸ਼ ਦੇ ਵਿੱਚ ਐਂਡ ਪੰਜਾਬ ਸੂਬੇ ਦੇ ਵਿੱਚ ਵੀ ਜਿਹੜੇ ਕੋਵਿਡ ਦੇ ਕੇਸਸ ਨੇ ਹੁਣ ਲਗਾਤਾਰ ਵਧਰੇ ਨੇ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਦਿੱਲੀ ਅੱਜ ਆਲਮੋਸਟ 5500 ਕੇਸ ਰਿਪੋਰਟ ਹੋਇਆ ਹੈ ਜਿਹੜਾ ਕਿ ਇਹ ਫਿਗਰ ਆਲਮੋਸਟ ਜਦੋਂ ਆਪਾਂ ਅਪ੍ਰੈਲ ਮਈ ਦੇ ਮਹੀਨੇ ਜਿਹੜੀ ਦੂਜੀ ਵੇਵ ਦੇਖੀ ਸੀਗੀ ਇੰਨੇ ਜ਼ਿਆਦਾ ਕੇਸ ਹੁਣ ਦਿੱਲੀ ਦੇ ਵਿੱਚ ਆਲਮੋਸਟ ਪਹੁੰਚ ਚੁੱਕੇ ਨੇ ਐਂਡ ਇਸ ਵਾਰ ਜਿਹੜਾ ਇਹ ਓਮਿਕਰੋਨ ਵੇਰੀਐਂਟ ਕਰਕੇ ਜਿਹੜਾ ਸਪਾਈਕ ਆ ਰਿਹਾ ਹੈ ਇਹ ਦੇਖਣ ਚ ਆ ਰਿਹਾ ਕਿ ਜਿਹੜੇ ਕੇਸਸ ਦੇ ਵਿੱਚ ਸਰਜ ਹੈ ਉਹ ਬਹੁਤ ਜਲਦੀ ਹੋ ਰਹੀ ਹੈ ਪਿੱਛੇ ਜਿਹੜੀ ਆਪਾਂ ਡੈਲਟਾ ਵੇਰੀਐਂਟ ਜਿਹੜਾ ਦੇਖ ਰਹੇ ਸੀਗੇ ਉਹਦੇ ਵਿੱਚ ਕੇਸਸ ਹੌਲੀ-ਹੌਲੀ ਇਸ ਤੋਂ ਰਾਈਜ਼ ਕਰ ਰਹੇ ਸੀਗੇ ਇਸ ਵਾਰ ਓਮਿਕਰੋਨ ਵੇਰੀਐਂਟ ਨੂੰ ਦੇਖਦੇ ਹੋਏ ਕੇਸਸ ਦੇ ਵਿੱਚ ਬਹੁਤ ਹੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ ਸੋ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਮੈਂ ਦੇਖਾ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਸਾਡੇ ਕੇਸਸ ਰੋਜ਼ ਦੇ ਵਿੱਚ ਆਲਮੋਸਟ 10 ਤੋਂ ਘੱਟ ਰਹੇ ਸੀਗੇ ਪਰ ਪਿਛਲੇ ਹਫਤੇ ਦੇ ਵਿੱਚ ਇਹ 10 ਤੋਂ ਵੱਧ ਕੇ ਪਹਿਲਾ 25 ਹੋਏ 25 ਤੋਂ ਲਗਭਗ 36-45 ਕੇਸਸ ਹੋ ਗਏ ਤੇ ਅੱਜ ਜਿਹੜੇ ਹੈਗੇ 85 ਕੇਸਸ ਕੋਵਿਡ ਦੇ ਨਵੇਂ ਆਏ ਨੇ ਸੋ ਮੈਂ ਦੇਖ ਰਿਹਾ ਕਿ ਬੜੀ ਹੀ ਤੇਜ਼ੀ ਨਾਲ ਕੇਸਸ ਵਧ ਰਹੇ ਨੇ ਤੇ ਪਿਛੇ ਅਸੀਂ ਲਗਭਗ 6 ਕੇਸਸ ਜੀਨੋਮ ਸੀਕੁਐਂਸਿੰਗ ਲਈ ਭੇਜੇ ਸੀਗੇ ਜਿਨ੍ਹਾਂ ਜਿਹਦੇ ਵਿੱਚੋਂ 4 ਦੀ ਰਿਪੋਰਟ ਹਲੇ ਆਣੀ ਬਾਕੀ ਹੈ ਇੱਕ ਕਨਫਰਮਡ ਕੇਸ ਓਮਿਕਰੋਨ ਦਾ ਨਕੋਦਰ ਦੇ ਵਿੱਚ ਜਲੰਧਰ ਡਿਸਟ੍ਰਿਕਟ ਦੇ ਵਿੱਚ ਵੀ ਡਿਟੈਕਟ ਹੋਇਆ ਸੋ ਆਪਾਂ ਇਹ ਕਹਿ ਸਕਦੇ ਆਂ ਵੀ ਓਮਿਕਰੋਨ ਵੇਰੀਐਂਟ ਵੀ ਇਸ ਟਾਈਮ ਜਿਹੜਾ ਹੈ ਚੱਲ ਰਿਹਾ ਸੋ ਇਸ ਦੇ ਵਿੱਚ ਟ੍ਰਾਂਸਮਿਟੇਬਿਲਟੀ ਬਹੁਤ ਹਾਈ ਹੈ ਤੇ ਸਾਨੂੰ ਜਿਹੜੇ ਹੈਗੇ ਇਸ ਟਾਈਮ ਸਾਰੇ ਪ੍ਰੀਕਾਸ਼ਨਸ ਤੁਰੰਤ ਲੈਣ ਦੀ ਬਹੁਤ ਜ਼ਿਆਦਾ ਇਮੀਡੀਏਟਲੀ ਰਿਕੁਆਇਰਮੈਂਟ ਹੈ ਸੋ ਇਸ ਤੋਂ ਇਲਾਵਾ ਜਿਹੜੀ ਹੈਗੀ ਪਿੱਛੇ ਸਾਡੀ ਅਸੀਂ ਕਾਫੀ ਤਿਆਰੀਆਂ ਇਸ ਵੇਵ ਨੂੰ ਦੇਖਦੇ ਹੋਏ ਮੁਕੰਮਲ ਕੀਤੀਆਂ ਨੇ ਜਿਹੜੇ ਸਾਡੇ ਗਵਰਨਮੈਂਟ ਸਿਵਲ ਹਸਪੀਟਲ ਦੇ ਵਿੱਚ ਐਂਟੂ ਬੈੱਡ ਸੀਗੇ ਉਹ ਅਸੀਂ ਜਿਨ੍ਹਾਂ ਨੂੰ ਅਸੀਂ ਆਕਸੀਜਨ ਬੈਡਸ ਵੀ ਕਹਿੰਦੇ ਨੇ ਉਨ੍ਹਾਂ ਦੇ ਵਿੱਚ ਤਕਰੀਬਨ 25% ਇਜ਼ਾਫਾ ਸੀ ਕਰ ਲਿਆ 25% ਵੈਡ ਅਸੀਂ ਆਈ ਸੀ ਯੂ ਦੇ ਵਿੱਚ ਵੀ ਵਧਾ ਲਏ ਨੇ ਇੱਕ ਬਹੁਤ ਵੱਡਾ ਉਪਰਾਲਾ ਅਸੀਂ ਆਕਸੀਜਨ ਦੀ ਕਿੱਲਤ ਨੂੰ ਡੀਲ ਕਰਨ ਲਈ ਕੀਤਾ ਕਿ ਅਸੀਂ ਗਵਰਨਮੈਂਟ ਸਿਵਲ ਹਸਪੀਟਲ ਦੇ ਵਿੱਚ ਇੱਕ 1000 ਲੀਟਰ ਪਰ ਮਿੰਟ ਦਾ ਇੱਕ ਐਡੀਸ਼ਨਲ ਪਲਾਂਟ ਲਗਵਾਇਆ ਹੈ ਇੱਕ ਪਲਾਂਟ ਅਸੀਂ ਨਕੌਦਰ ਸਿਵਲ ਹਸਪੀਟਲ ਦੇ ਵਿੱਚ ਵੀ ਲਗਾ ਲਿਆ ਹੈ ਤੇ ਇੱਕ ਪਲਾਂਟ ਅਸੀਂ ਗਵਰਨਮੈਂਟ ਦੇ ਵਿੱਚ ਬਸਤੀ ਗੂਜ਼ਾਂ ਦੇ ਵਿੱਚ ਵੀ ਲਗਾਇਆ ਹੈ ਇਸ ਤੋਂ ਇਲਾਵਾ ਜਿਹੜੇ ਵੀ ਸਾਡੇ ਵੱਡੇ ਪ੍ਰਾਈਵੇਟ ਹਸਪਤਾਲ ਜਿਹੜੇ ਸਾਡੇ ਕੋਲ ਸੈਕੰਡ ਕੋਵਿਡ ਵੇਵ ਦੇ ਵਿੱਚ 50 ਤੋਂ ਵੱਧ ਸਿਲੰਡਰ ਜਿਹੜੇ ਹੈ ਆਕਸੀਜਨ ਦੇ ਡੇਲੀ ਡਿਮਾਂਡ ਕਰ ਰਹੇ ਸੀਗੇ ਉਹਨਾਂ ਚੋਂ ਵੀ 15 ਚੋਂ ਅਸੀਂ 13 ਹਸਪਤਾਲਾਂ ਦੇ ਵਿੱਚ ਆਕਸੀਜਨ ਦੇ ਪੀਐਸਏ ਪਲਾਂਟ ਲਗਵਾ ਲਏ ਹਨ ਤਾਂਕਿ ਜਿਹੜੀ ਹੈਗੀ ਕੋਈ ਇਸ ਤਰੀਕੇ ਦੀ ਆਕਸੀਜਨ ਦੀ ਕਿੱਲਤ ਇਸ ਵਾਰ ਕੋਈ ਸਾਹਮਣਾ ਨਾ ਕਰਨਾ ਪਵੇ ਸੋ ਹੈਲਥ ਡਿਪਾਰਟਮੈਂਟ ਦੀ ਗਾਈਡਲਾਈਨਸ ਅਨੁਸਾਰ ਇਸ ਵਾਰ ਇੱਕ ਜਿਹੜੀ ਏਜ ਬ੍ਰੈਕਟ ਹੈ 15 ਤੋਂ 18 ਸਾਲ ਲਈ ਵੀ ਜਿਹੜੀ ਇਹ ਵੈਕਸੀਨੇਸ਼ਨ ਖੋਲ ਦਿੱਤੀ ਗਈ ਹੈ ਜਲੰਧਰ ਡਿਸਟ੍ਰਿਕਟ ਦੇ ਵਿੱਚ ਵੀ 3 ਜਨਵਰੀ ਤੋਂ ਜਿਹੜਾ 15 ਤੋਂ 18 ਦੇ ਜਿਹੜਾ ਏਜ ਬ੍ਰੈਕਟ ਹੈ ਉਹਨਾਂ ਦੇ ਵੀ ਵੈਕਸੀਨੇਸ਼ਨ ਡਰਾਈਵ ਚੱਲੂ ਹੋ ਗਈ ਹੈ ਇਹ ਸਾਡੀ ਵੈਕਸੀਨੇਸ਼ਨ ਡਰਾਈਵ ਜਲੰਧਰ ਡਿਸਟ੍ਰਿਕਟ ਦੇ ਵਿੱਚ ਚਾਰ ਥਾਂ ਤੇ ਚੱਲ ਰਹੀ ਹੈ ਇੱਕ ਤਾਂ ਐਈਐਸਆਈ ਡਿਸਪੈਂਸਰੀ ਦੇ ਵਿੱਚ ਮਾਹਵੀਰ ਜੈਨ ਸਕੂਲ ਵਿਚਨਗਰ ਦੇ ਵਿੱਚ ਚੱਲ ਰਹੀ ਹੈ ਤੇ ਸਾਡੀ ਜਿਹੜੀ ਪੀਐਚਸੀ ਗੜਾ ਦੇ ਵਿੱਚ ਚੱਲ ਰਹੀ ਹੈ ਤੇ ਇੱਕ ਪੀਐਸਸੀ ਮਕਸੂਦਾ ਦੇ ਵਿੱਚ ਇਹ ਚਾਰ ਲੋਕੇਸ਼ਨ ਤੇ ਜਿਹੜੇ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ ਇੱਥੇ ਸਾਡੀ ਹੈ ਜਿਹੜੀ 15 ਤੋਂ 18 ਸਾਲ ਹਲਿਆਂ ਦੇ ਲਈ ਵੀ ਜਿਹੜੀ ਹੈ ਕੋਵੈਕਸੀਨ ਦੀ ਡੋਜ਼ਸ ਇਸ ਵਾਰ ਅਪਰੂਵਡ ਕਰ ਦਿੱਤੀ ਹੈ ਹੈਡ ਡਿਪਾਰਟਮੈਂਟ ਨੇ ਸੋ ਮੈਂ ਇਹ ਵੀ ਅਪੀਲ ਕਰਾਂਗੇ ਵੀ ਇਹ ਏਜ ਬ੍ਰੈਕਟ ਵੀ ਅੱਗੇ ਆਵੇ ਤੇ ਆਪਣੀ ਵੈਕਸੀਨੇਸ਼ਨ ਤੁਰੰਤ ਕਰਾਵੇ ਦੂਜਾ ਇਸ ਤੋਂ ਇਲਾਵਾ 10 ਜਨਵਰੀ ਤੋਂ ਸਾਡੀ ਬੂਸਟਰ ਡੋਜ਼ ਵੀ ਚੱਲੂ ਹੋ ਰਹੀ ਹੈ ਜਿਹਨੂੰ ਅਸੀਂ ਤੀਜੀ ਡੋਜ਼ ਕਾਵਾਂਗੇ ਕਿਉਂਕਿ ਦੋ ਡੋਜ਼ ਜਿਨ੍ਹਾਂ ਦੇ ਆਲਰੇਡੀ ਲੱਗ ਚੁੱਕੀ ਹੈ ਉਹਨਾਂ ਦੀ ਬੂਸਟਰ ਡੋਜ਼ ਇਹ 10 ਜਨਵਰੀ ਤੋਂ ਚੱਲੂ ਹੋਏਗੀ ਜਿਸ ਦੇ ਵਿੱਚ ਤਿੰਨ ਚਾਰ ਕੈਟਾਗਰੀਜ਼ ਉਹਨਾਂ ਨੂੰ ਕਵਰ ਕੀਤੇ ਇੱਕ ਤਾਂ ਫਰੰਟਲਾਈਨ ਹੈਲਥਕੇਅਰ ਵਰਕਰ ਸਾਰੇ ਉਹਨਾਂ ਦੇ ਲੱਗਣਗੇ ਫਰੰਟਲਾਈਨ ਵਰਕਰ ਜਿਹੜੇ ਹੋਰ ਡਿਪਾਰਟਮੈਂਟ ਦੇ ਉਹਨਾਂ ਨੂੰ ਕਵਰ ਕੀਤਾ ਜਾਊਗਾ ਉਸ ਤੋਂ ਇਲਾਵਾ ਜਿੰਨਾ ਵੀ ਸਾਡਾ ਕਿਉਂਕਿ ਅੱਗੇ ਚੋਣਾ ਵੀ ਆ ਰਹੀਆਂ ਨੇ ਜਿੰਨਾ ਵੀ ਇਲੈਕਸ਼ਨ ਦਾ ਸਟਾਫ ਟੀਚਰ ਸਾਡੇ ਇਲੈਕਸ਼ਨ ਦੇ ਵਿੱਚ ਡਿਊਟੀਆਂ ਦੇਣਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਕਵਰ ਕੀਤਾ ਜਾਊਗਾ ਬੂਸਟਰ ਡੋਸ ਦੇ ਨਾਲ ਤੇ ਜਿਹੜੇ 60 ਪਲੱਸ ਜਿਹੜੇ ਸਾਡੇ ਸਿਟੀਜ਼ਨਸ ਨੇ ਜਲੰਧਰ ਨਿਵਾਸੀ ਨੇ ਤੇ ਵਿਦ ਕੋਮੋਰਬਿਡਿਟੀ ਉਹਨਾਂ ਨੂੰ ਵੀ ਬੂਸਟਰ ਡੋਸ 10 ਤਰੀਕ ਤੋਂ ਦਿੱਤੀਆਂ ਜਾਣਗੀਆਂ ਸੋ ਇਹ ਕੋਵਿਡ ਦੇ ਵੱਧਦੇ ਹੋਏ ਕੇਸਸ ਨੂੰ ਦੇਖਦੇ ਹੋਏ ਅਸੀਂ ਕੁਝ ਰੈਸਟ੍ਰਿਕਸ਼ਨਸ ਵੀ ਜਲੰਧਰ ਡਿਸਟ੍ਰਿਕਟ ਦੇ ਵਿੱਚ ਇੰਪੋਜ਼ ਕੀਤੀਆਂ ਇੱਕ ਤਾਂ ਨਾਈਟ ਕਰਫਿਊ ਜਿਹੜਾ ਹੈਗਾ ਹੁਣ ਜਲੰਧਰ ਡਿਸਟ੍ਰਿਕਟ ਦੇ ਵਿੱਚ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ ਇਸ ਤੋਂ ਇਲਾਵਾ ਜਿੰਨੇ ਵੀ ਵਿਦਿਅਕ ادارے ਨੇ ਜਿਹਦੇ ਵਿੱਚ ਸਾਰੇ ਸਕੂਲ ਸਾਰੇ ਕਾਲਜੇ ਸਾਰੇ ਜਿਹੜੇ ਹੋਰ ਕੋਚਿੰਗ ਇੰਸਟੀਟਿਊਸ਼ਨਸ ਨੇ ਇਹ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਆਫਲਾਈਨ ਮੋਡ ਬੰਦ ਹੋ ਗਿਆ ਇਸ ਟਾਈਮ ਸਿਰਫ ਆਹੀ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਵੀ ਆਨਲਾਈਨ ਮੋਡ ਤੇ ਕਲਾਸਿਸ ਸਾਰੇ ਜਾਰੀ ਰੱਖਣ ਜਿੰਨੇ ਵੀ ਇੱਥੇ ਬਾਰ ਰੈਸਟੋਰੈਂਟ ਮਿਊਜ਼ੀਅਮ ਤੇ ਇਸ ਟਾਈਪ ਦੇ ਹੋਰ ਅਦਾਰੇ ਨੇ ਉਹਨਾਂ ਨੂੰ 50% ਕਪੈਸਿਟੀ ਤੇ ਅਸੀਂ ਕਿਹਾ ਵੀ ਉੱਥੇ 50% ਕਪੈਸਿਟੀ ਰੱਖੇ ਜਿੰਨੇ ਵੀ ਸਪੋਰਟ ਸਟੇਡੀਅਮ ਵਗੈਰਾ ਹੈਗੇ ਸਪਾਸ ਸਪੋਰਟ ਸਟੇਡੀਅਮ ਤੇ ਰੋਗ ਲਗਾਈ ਜਾਂ ਦਿੱਤੀ ਜਾਂਦੀ ਹੈ ਤੇ ਇੱਥੇ ਸਿਰਫ ਜਿਹੜੇ ਕੋਈ ਐਥਲੀਟਸ ਨੇ ਜਿਹੜੇ ਕੋਈ ਨੈਸ਼ਨਲ ਤੇ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਸਿਰਫ ਉਹਨਾਂ ਲਈ ਹੀ ਸਪੋਰਟ ਸਟੇਡੀਆ ਖੁੱਲਣ ਲੈਣਗੇ ਆਮ ਪਬਲਿਕ ਲਈ ਸਾਰੇ ਸਪੋਰਟ ਸਟੇਡੀਅਮ ਬੰਦ ਕਰ ਦਿੱਤੇ ਗਏ ਨੇ ਜਿਹੜੀ 에어 ਕੰਡੀਸ਼ਨ ਬੱਸਸ ਨੇ ਉਹਨਾਂ ਨੂੰ 50% ਕੈਪੈਸਿਟੀ ਦੇ ਉੱਤੇ ਹੀ ਆਪਰੇਟ ਕੀਤਾ ਜਾਏਗਾ ਤੇ ਇਸ ਤੋਂ ਇਲਾਵਾ ਜਿੰਨੇ ਵੀ ਗਵਰਨਮੈਂਟ ਆਫੀਸਰਸ ਨੇ ਉਹਨਾਂ ਦੇ ਵਿੱਚ ਚੈੱਕ ਕੀਤਾ ਜਾਊਗਾ ਕਿ ਕੀ ਜਿਹੜੀ ਪਬਲਿਕ ਆ ਰਹੀ ਹੈ ਉਹਦੀ ਡਬਲ ਵੈਕਸੀਨੇਸ਼ਨ ਹੋਈ ਹੈ ਸੋ ਇਹ ਮੰਡੇਟਰੀ ਕੀਤਾ ਜਾਊਗਾ ਵੀ ਸਾਰੇ ਡਬਲ ਵੈਕਸੀਨੇਟਿਡ ਪਬਲਿਕ ਨੂੰ ਹੀ ਉੱਥੇ ਸੁਵਿਧਾएं ਦਿੱਤੀਆਂ ਜਾਣ ਐਂਡ ਖਾਸ ਕਰ ਉਹਨਾਂ ਦੀ ਮਾਸਕ ਦੀ ਕੰਪਲਾਈਅੰਸ ਵੀ ਐਂਸ਼ੋਰ ਕੀਤੀ ਜਾਵੇ ਸੋ ਮੇਰੀ ਇਹ ਸਾਰਿਆਂ ਨੂੰ ਫੈਕਟਸ ਨੂੰ ਦੇਖਦੇ ਹੋਏ ਕੇਸਸ ਤੇ ਮੇਰੀ ਆਬਜ਼ਰਵੇਸ਼ਨ ਕਿਉਂਕਿ ਜਿਹੜੀ ਕੋਰੋਨਾ ਦੀ ਪਹਿਲੀ ਵੇਵ ਤੇ ਦੂਜੀ ਵੇਵ ਦੇ ਵਿੱਚ ਮੈਂ ਇੱਥੇ ਹੀ ਪੋਸਟਡ ਰਹਾ ਸਾਰੇ ਅਰੇਂਜਮੈਂਟਸ ਅਸੀਂ ਦੇਖੇ ਸਾਰਾ ਸਾਡਾ ਐਕਸਪੀਰੀਅੰਸ ਹੈਗਾ ਤੇ ਇਸ ਵਾਰ ਜਿਹੜੀ ਸਾਡੀ ਤਿਆਰੀਆਂ ਨੇ ਉਹ ਪਿਛਲੀ ਵੇਵ ਦੇ ਵਿੱਚ ਅਸੀਂ ਸਭ ਤੋਂ ਵੱਧ ਕੇਸਸ 980 ਇੱਕ ਦਿਨ ਦੇਖੇ ਸੀਗੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਇਸ ਟਾਈਮ ਸਾਡੀ ਤਿਆਰੀਆਂ ਉਸ ਤੋਂ ਵੀ ਆਲਮੋਸਟ ਡਬਲ ਤਿਆਰੀਆਂ ਨੇ ਇਸ ਚੀਜ਼ ਨੂੰ ਨਜੀਠਣ ਲਈ ਪਰ ਤੁਹਾਡਾ ਕੋਆਪਰੇਸ਼ਨ ਸਾਰਿਆਂ ਦਾ ਬਹੁਤ ਬਹੁਤ ਜ਼ਰੂਰੀ ਹੈ ਐਂਡ ਇਸ ਵਾਰ ਜਿਹੜੀ ਮੈਂ ਰੀਡਿੰਗ ਦੇਖ ਰਿਹਾ ਹਾਂ ਜਿਸ ਟਾਈਪ ਦਾ ਸਰਜ ਦੇਖ ਰਿਹਾ ਸੀਗਾ ਪਿਛਲੀ ਦੋ ਵੇਵਸ 'ਚ ਅਸੀਂ ਦੇਖਿਆ ਕਿ ਜਦੋਂ ਦਿੱਲੀ ਬੰਬੇ ਮਹਾਰਾਸ਼ਟਰ ਦੇ ਵਿੱਚ ਕੇਸਸ ਕਾਫੀ ਜ਼ਿਆਦਾ ਵਧ ਜਾਂਦੇ ਸੀਗੇ ਉਹਦੇ ਆਲਮੋਸਟ 1 ਮਹੀਨੇ ਬਾਅਦ ਸਾਡੀ ਜਿਹੜੀ ਇਹ ਸਪਾਈਕ ਚੱਲੂ ਹੁੰਦੀ ਸੀਗੀ ਪਰ ਇਸ ਵਾਰ ਉਹਨਾ ਟਾਈਮ ਸਾਨੂੰ ਨਹੀਂ ਮਿਲ ਰਿਹਾ ਇਹ ਸਪਾਈਕ ਬੜੀ ਸੱਡਨ ਹੈ ਐਂਡ ਜਿਹੜੇ ਦਿੱਲੀ ਬੰਬੇ ਦੇ ਵਿੱਚ ਵੀ ਕੇਸਸ ਬਹੁਤ ਤੇਜ਼ੀ ਨਾਲ ਵਧੇ ਨੇ ਇਹ ਆਲਮੋਸਟ ਪਿਛਲੀ ਵਾਰ ਜੇਕਰ ਮੈਂ ਗੱਲ ਕਰਾਂ ਉਹਦੇ ਤੇ 3 ਤੋਂ 4 ਗੁਣਾ ਇਹਦੀ ਜ਼ਿਆਦਾ ਟ੍ਰਾਂਸਮਿਸਿਬਿਲਟੀ ਹੈ ਸੋ ਹਾਲਾਂਕਿ ਇਹ ਜ਼ਰੂਰ ਰਿਪੋਰਟ ਆ ਰਹੀ ਹੈ ਵੀ ਇਹਦੇ ਵਿੱਚ ਥੋੜੀ ਹੌਸਪਿਟਲਾਈਜੇਸ਼ਨ ਦੀ ਰੇਟ ਘਟ ਹੈ ਪਰ ਆਪਾਂ ਕੋਈ ਇਸ ਟਾਈਪ ਦਾ ਚਾਂਸ ਨਹੀਂ ਲੈ ਸਕਦੇ ਆ ਤੇ ਸਾਨੂੰ ਸਾਰੇ ਇਸ ਟਾਈਮ ਇਮੀਡੀਏਟਲੀ ਇਹ ਜਿਹੜੀ ਹੈ ਮਾਸਕ ਦੀ ਫਾਲੋ ਕਰਨਾ ਚਾਹੀਦਾ ਸਾਰੇ ਵੀ ਸ਼ੁੱਡ ਆਲ ਮਾਸਕ ਅਪ ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਵੀ ਆਪਾਂ ਜਾਰੀ ਰੱਖੀਏ ਐਂਡ ਸੈਨੀਟਾਈਜ਼ਰ ਦਾ ਪ੍ਰਯੋਗ ਕਰਦੇ ਰਹੀਏ ਐਂਡ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿੱਥੇ ਜਿੱਥੇ ਜਲੰਧਰ ਨਿਵਾਸੀਆਂ ਨੇ ਸਾਡੇ ਭਰਾਵਾਂ ਦੀ ਵੈਕਸੀਨੇਸ਼ਨ ਰਹਿੰਦੀ ਹੈ ਉਹ ਇਮੀਡੀਏਟ ਆਪਣੇ ਆਪ ਨੂੰ ਵੈਕਸੀਨੇਟ ਕਰਾਓ ਤਾਂ ਕਿ ਆਪਾਂ ਡਬਲ ਵੈਕਸੀਨੇਟ ਹੋ ਜਾਈਏ ਐਂਡ 10 ਤਾਰੀਖ ਤੋਂ ਜਿਹੜੀ ਜਿਹੜੀ ਵੀ ਕੈਟਾਗਰੀ ਐਲੀਜੀਬਲ ਹੋ ਜਾਂਦੀ ਹੈ 10 ਜਨਵਰੀ ਤੋਂ ਆਪਣੀ ਬੂਸਟਰ ਡੋਜ਼ ਲਈ ਉਹ ਵੀ ਤੁਰੰਤ ਆਪਣੇ ਆਪ ਨੂੰ ਵੈਕਸੀਨੇਟ ਕਰਾਓ ਇਹ ਸਾਰੇ ਆਪਾਂ ਪ੍ਰੀਕਾਸ਼ਨ ਵਰਤਾਂਗੇ ਤੇ ਇਸ ਵੇਵ ਦੇ ਨਾਲ ਵੀ ਆਪਾਂ ਆਰਾਮ ਨਾਲ ਨਜੀਠ ਲਾਂਗੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ